ਹੋਲੀ ਮੌਕੇ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ। ਕਿਰਚਾ ਮਾਰ ਕੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਦੱਸਦੀ ਕਿ ਦੋ ਭਰਾ ਬਾਜ਼ਾਰ ਦੇ ਵਿੱਚ ਘਰੋਂ ਸਮਾਨ ਲੈਣ ਗਏ ਤਾਂ ਰਸਤੇ ਦੇ ਵਿੱਚ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਔਰ ਜਦੋਂ ਉਹ ਜ਼ਖਮੀ ਹੋਏ ਤਾਂ ਹਮਲਾਵਰ ਦੇ ਵੱਲੋਂ ਉਹਨਾਂ ਨੂੰ ਖੁਦ ਚੁੱਕ ਕੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਤੇ ਆਪ ਉੱਥੋਂ ਫਰਾਰ ਹੋ ਗਏ। ਤਾਂ ਇੱਕ ਨੌਜਵਾਨ ਜਿਸ ਦਾ ਨਾਮ ਰਾਜੂ ਮਸੀਹ ਹੈ ਉਸਦਾ ਕਤਲ ਕੀਤਾ ਗਿਆ। ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਦੱਸਦੇ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋ ਕੇ ਟਾਹਲੀ ਸਾਹਿਬ ਦੇ ਨੌਜਵਾਨ ਰਾਜੂ ਮਸੀਹ ਦਾ ਕਿਰਚਾ ਮਾਰ ਕੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਉਸਦੀ ਰਸਤੇ ਦੇ ਵਿੱਚ ਗੁਰਜੀਤ ਸਿੰਘ ਪਿੰਡ ਚੰਦੂ ਨੰਗਲ ਦੇ ਵਿਅਕਤੀ ਦੇ ਵੱਲੋਂ ਲੁੱਟ ਦੀ ਨੀਅਤ ਨਾਲ ਰਾਜੂ ਮਸੀਹ ਦਾ ਕਿਰਚਾ ਮਾਰ ਕੇ ਕਤਲ ਕੀਤਾ ਗਿਆ। ਜਦਕਿ ਉਸਦੇ ਭਰਾ ਦੇ ਵੱਲੋਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦੇ ਵੀ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਹਮਲਾਵਰ ਦੇ ਵੱਲੋਂ ਜ਼ਖਮੀ ਦੋਵੇਂ ਭਰਾਵਾਂ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਤੇ ਆਪ ਉੱਥੋਂ ਫਰਾਰ ਹੋ ਗਏ, ਜਿੱਥੇ ਡਾਕਟਰਾਂ ਦੇ ਵੱਲੋਂ ਰਾਜੂ ਮਸੀਹ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਜਦਕਿ ਉਸਦਾ ਭਰਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਡੇਰਾ ਬਾਬਾ ਨਾਨਕ ਦੇ ਹਸਪੀਟਲ ਦੇ ਵਿੱਚ ਲੜ ਰਿਹਾ। ਤਾਂ ਦੂਜੇ ਪਾਸੇ ਪੁਲਿਸ ਦੇ ਵੱਲੋਂ ਗੁਰਜੀਤ ਸਿੰਘ ਵਾਸੀ ਚੰਦੂ ਨੰਗਲ ਦੇ ਖਿਲਾਫ 302 ਦਾ ਮੁਕੱਦਮਾ ਦਰਜ ਕੀਤਾ ਗਿਆ। ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪੀਟਲ ਬਟਾਲਾ ਭੇਜ ਦਿੱਤਾ ਔਰ ਮੁਲਜ਼ਮ ਨੂੰ ਫੜਨ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ। ਤਾਂ ਦੱਸਦੀਏ ਕਿ ਦੋ ਭਰਾ ਘਰੋਂ ਸਮਾਨ ਲੈਣ ਗਏ ਤਾਂ ਰਸਤੇ ਦੇ ਵਿੱਚ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ, ਇੱਕ ਦਾ ਕਿਰਚਾ ਮਾਰ ਮਾਰ ਕੇ ਕਤਲ ਕੀਤਾ। ਤਾਂ ਹੋਲੀ ਦੇ ਮੌਕੇ ਪੰਜਾਬ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ। ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:15-11:30 ਵਜੇ ਇੱਕ ਪੱਖੋ ਕੇ ਟਾਹਲੀ ਸਾਹਿਬ ਦਾ ਆਦਮੀ ਆ ਰਾਜੂ ਮਸੀਹ, ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਵੱਲੋਂ, ਅਤੇ ਉਸ ਦੇ ਸੰਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ 'ਤੇ ਰੇਡ ਕੀਤੀ ਜਾ ਰਹੀ ਅਤੇ FIR ਉਹਨਾਂ ਦੇ ਕਰਾਰ ਦੇ ਬਿਆਨਾਂ 'ਤੇ FIR ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ। ਸਰ ਕੋਈ ਕਾਰਨ ਦਾ ਪਤਾ ਲੱਗਾ ਵੀ ਕੀ ਕਾਰਨ ਇਹਨਾਂ ਦਾ? ਇੱਕੋ ਪਿੰਡ ਦੇ ਹੀ, ਉਹਨਾਂ ਪੈਸੇ ਦੀ ਇਹਦੇ ਕੋਲ ਡਿਮਾਂਡ ਕੀਤੀ ਹੈ, ਜਿੱਥੋਂ ਇਹਨਾਂ ਦਾ ਆਪਸ 'ਚ ਗਾਲੀ ਗਲੋਚ ਹੋ ਗਿਆ ਅਤੇ ਉਹ ਤੋਂ ਬਾਅਦ ਉਸ ਬੰਦੇ ਨੇ ਕਿਰਚਣਾ ਇਹ 'ਤੇ ਹਮਲਾ ਕਰ ਦਿੱਤਾ, ਜਿਹਦੇ ਨਾਲ ਇਹਦੀ ਡੈਥ ਹੋ ਗਈ, ਨਾਲ ਇਹਦੇ ਬ੍ਰਦਰ 'ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅੱਗੇ ਹੋਇਆ। ਅਤੇ ਜਿਹਨੇ ਕਤਲ ਕੀਤਾ ਉਹਦਾ ਕੀ ਨਾਮ ਪਤਾ ਲੱਗਾ ਕਿੱਥੋਂ ਦਾ? ਉਹ ਪੱਖੋ ਕਟਾਲੀ ਸਾਹਿਬ ਦਾ ਆ, ਪਿੰਡ ਦਾ, ਗੁਰਜੀਤ ਸਿੰਘ ਉਹਦਾ ਨਾਮ ਹੈ, ਜਿਹਦੇ 'ਤੇ ਪਰਚਾ ਦਰਜ ਕਰਕੇ ਅਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਦੀ ਟੀਮਾਂ ਬਣਾ ਦਿੱਤੀ ਗਈਆਂ। ਫਰਦਰ ਇਨਵੈਸਟੀਗੇਸ਼ਨ ਵਿੱਚ ਕਦੋਂ ਤੱਕ ਤੁਸੀਂ ਗ੍ਰਿਫਤਾਰੀ ਦੀ? ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ, ਵੱਖ ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਅਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਅਤੇ ਇਹਨਾਂ 'ਤੇ ਰੇਡ ਕੀਤਾ ਜਾ ਰਿਹਾ, ਛੇਤੀ ਕਾਮਯਾਬੀ ਮਿਲੇਗੀ। ਪਤਾ ਕੋਈ ਪੱਠੇ ਵੜਦਾ ਆਇਆ ਜੀ, ਪੱਠੇ ਵੜ ਕੇ ਉਹਦੇ ਛੋੜ ਕੇ ਸਭੀ ਮਾਜੀ ਜੇ ਮੈਂ ਲੋਕਾਂ ਨੇ ਬੰਦੇ ਕਹਿੰਦੇ ਤੁਹਾਡੇ ਤੇ ਤੇਰੀ ਮੁੰਡੇ ਦੇ ਕਰਜਾ ਮਾਰ ਕੇ ਲੱਗੀ ਮੋਸੇ ਪੱਠੇ ਛੋੜ ਕੇ ਤਾਂ ਪੜ ਪੜ ਕੇ ਭੱਜਾ ਜੀ। ਕੀ ਗੱਲ, ਕੋਈ ਪਤਾ ਲੱਗੀ ਕੀ ਹੋਈ ਹੈ? ਗੱਲ ਤਾਂ ਪਤਾ ਲੱਗਿਆ ਨਹੀਂ, ਪਤਾ ਲੱਗਦਾ ਮੈਨੂੰ ਲੱਗਦਾ, ਪਤਾ ਫਿਰ ਮੈਨੂੰ ਪਤਾ ਲੱਗਦਾ ਮੈਂ ਪਤਾ ਲੱਗਦਾ ਲੱਚ ਦਾ ਗੱਲ ਕਿ ਦਾਦਾ ਇਹ ਇਹਨੂੰ ਦੱਸਿਆ ਵੀ ਉਹ ਕਿਰਚਾ ਮਾਰੀ ਚੱਲਦੇ ਨੇ ਅਤੇ ਮੈਂ ਉੱਥੇ ਭੱਜਾਇਆ ਜੀ। ਅਤੇ ਕਿਰਚਾ ਮਾਰੀਆਂ ਕਿੰਨਾ? ਅਰਜੀਤ ਅਰਜੀਤ ਜੀ ਦਾ ਨਾਮ ਝਗੜੇ ਦਾ ਕਾਰਨ ਨਹੀਂ ਪਤਾ ਲੱਗਾ? ਨਹੀਂ, ਕੋਈ ਨਹੀਂ ਪਤਾ ਲੱਗਾ ਜੀ, ਉਹਦੇ ਵੱਡੇ ਮੁੰਡੇ ਨੂੰ ਪਤਾ ਜੀ ਹੋਇਆ ਵੀ ਨਾਲ ਹੀ ਹੁੰਦੇ। ਹਾਂਜੀ, ਅਤੇ ਕੀ ਸਰਕਾਰ ਪੁਲਿਸ ਆ ਗਈ ਉੱਥੇ? ਇਹ ਤਾਂ ਪਤਾ ਪੁਲਿਸ ਵਾਲੇ ਪੁਲਿਸ ਆ ਗਈ ਕਿ ਨਹੀਂ ਆ ਗਈ, ਪੁਲਿਸ ਦੇ ਮੌਕੇ 'ਚ ਪਤਾ ਨਹੀਂ ਗਈ ਕਿ ਨਹੀਂ ਗਈ।
ਅਤੇ ਕੀ ਹੁਣ ਕੀ ਤੁਹਾਡੀ ਕੀ ਚਾਹੁੰਦੇ ਹੋ ਤੁਸੀਂ? ਅਸੀਂ ਚਾਹੁੰਦੇ ਵੀ ਮੈਨੂੰ ਫੜੋ, ਕਹਿੰਦੇ ਮੈਨੂੰ ਫੜੋ, ਫੜਨ ਇਹਨੂੰ ਪੁੱਛੋ, ਕਹਿੰਦੇ ਮੈਨੂੰ ਕਿਹੜੇ ਬੰਦੇ ਕਿਹਾ ਮੈਨੂੰ ਮਾਰ ਦੇ, ਇਹਨੂੰ ਕੋਈ ਬਿਆਨ ਲੈਣੇ ਨੂੰ ਕਿਹੜੇ ਬੰਦੇ ਨੂੰ ਕਿਹਾ ਵਾ ਜਾ ਕੇ ਮੈਨੂੰ ਭੁੱਖ ਬੰਦੇ ਪਿੰਡੂ ਕਿਹਾ ਵੀ ਕੁਝ ਦਿਨ ਪਹਿਲੇ ਮਗਰ ਪਹਿਲਾਂ ਤਾਂ ਇਹਨੂੰ ਮਾਰ ਦਿਓ, ਇਹ ਬਿਆਨ ਪੈਂਦੇ ਸੀ ਮੈਨੇ ਫੜੇ ਜਾਏਗਾ ਪੁੱਟੀ ਫੁੱਟ ਵੇਖ ਪਹਿਲਾਂ ਵੀ ਕੋਈ ਰੰਜਿਸ਼ ਨਾ ਜੀ ਨਾ ਸਾਡੇ ਕੋਲ ਕਦੀ ਆਇਆ ਨਹੀਂ, ਕਦੀ ਕਿਹਾ ਨਹੀਂ, ਕਹਿ ਦਿੰਦੇ ਆਪਣੀ ਤੂੰ ਮੈਂ ਲੋਕ ਗੱਲ ਜੇ ਮੋਟਿਆਂ ਮੋਟਿਆਂ ਦੀ ਠੀਕ ਹੈ ਠੀਕ ਹੈ।